ਹੇ ਕਿਦਾਂ ਦੋਸਤੋ ਹੋਪ ਕਰਦਾ ਤੂੰ ਸਾਰੇ ਵਧੀਆ ਹੋਗੇ ਅੱਜ ਆਪਾਂ ਗੱਲ ਕਰਨ ਜਾ ਰਹੇ ਸਿੱਧੂ ਮੂਸੇਵਾਲੇ ਬਾਈ ਦੇ ਅਟੈਚ ਸੌਂਗ ਦੀ ਕੁਝ ਹੋਰ ਡਿਟੇਲਸ ਜਿਹਦੇ ਤੇ ਸਿੱਧੂ ਮੂਸੇਵਾਲੇ ਬਾਈ ਦੇ ਫਾਦਰ ਜੀ ਨੇ ਵੀ ਖੁਲਾਸਾ ਕੀਤਾ ਹੈ ਨਾਲ ਕਰਨ ਵਾਲਾ ਐਕਸ ਸ਼ੁਭ ਦੀ ਇੱਕ ਕੋਲੈਬ ਲੀਕ ਹੋਈ ਉਹਦੇ ਬਾਰੇ ਵੀ ਗੱਲਬਾਤ ਕਰ ਲਾਂਗੇ ਤੋ ਚਲੇ ਸ਼ੁਰੂ ਕਰਦੇ ਹੈ ਸੋ ਹੁੱਕ ਲਾਈਨ ਹੈ ਪਤਾ ਨਹੀਂ ਕੋ ਜਾਵਾ ਹੋਈ ਅਟੈਚ ਤੇਰੇ ਨਾਲ ਹੌਲੀ ਹੌਲੀ ਜਾਵਾ ਹੋਈ ਅਟੈਚ ਤੇਰੇ ਨਾਲ ਬਸ ਰੁਲਾਏਗਾ ਕਿਆ ਇੱਕ ਗਰਲ ਸਾਈਡ ਦੇ ਲਿਰਿਕਸ ਲਿਖੇ ਗਏ ਨੇ ਸਿੱਧੂ ਬਾਈ ਦਾ ਰੋਮਾਂਟਿਕ ਗਾਣਾ ਉਹ ਵੀ ਲੇਡੀਜ਼ ਵਾਸਤੇ ਸਤਿ ਸ਼੍ਰੀ ਅਕਾਲ ਜੀ ਆਪਣਾ ਸਿੱਧੂ ਮੂਸੇਵਾਲਾ ਤੇ ਆਪਣਾ ਨਵਾਂ ਗਾਣਾ ਆ ਰਿਹਾ ਇਹ ਗਾਣੇ ਦਾ ਟੀਜ਼ਰ ਵੀ ਰਿਲੀਜ਼ ਕੀਤਾ ਜਾਏਗਾ ਜੀ ਤੇ ਗਾਣਾ ਆਫੀਸ਼ੀਅਲ ਸਟੀਲ ਬੈਂਗਲ ਦੇ ਚੈਨਲ ਤੇ ਵੀ ਰਿਲੀਜ਼ ਹੋ ਸਕਦਾ ਸਿੱਧੂ ਮੂਸੇਵਾਲੇ ਬਾਈ ਦੇ ਚੈਨਲ ਤੇ ਰਿਲੀਜ਼ ਹੋ ਸਕਦਾ ਤੂੰ ਮੈਂ ਕਿਵੇਂ ਪਤਾ ਚਲਾ ਕਿ ਪੋਸਟਰ ਚ ਆਪਾਂ ਨੂੰ ਸਟੀਲ ਬੈਂਗਲ ਦੇ ਚੈਨਲ ਦਾ ਵੀ ਲੋਗੋ ਵੇਖਣ ਨੂੰ ਮਿਲ ਰਿਹਾ ਹੈ ਗੁੱਡ ਹੋ ਗਿਆ ਜੀ ਸੋ ਮੈਂ ਵੀ ਜਿਵੇਂ ਡਿਵਾਈਨ ਨੇ ਚੋਰਨੀ ਟਰੈਕ ਨੇ ਕੀਤਾ ਸੀ ਕਿ ਆਡੀਓ ਆਦੇ ਚੈਨਲ ਤੇ ਰਿਲੀਜ਼ ਕਰਾਤਾ ਵੀਡੀਓ ਸਿੱਧੂ ਬਾਈ ਦੇ ਚੈਨਲ ਤੇ ਸੋ ਇਹ ਪੋਸੀਬਲ ਹੈ ਕਿ ਇੱਕ ਦੋ ਦਿਨ ਪਹਿਲੇ ਗਾਣੇ ਦੀ ਆਡੀਓ ਟਰੈਕ ਰਿਲੀਜ਼ ਕਰ ਜਾਵੇ ਸਟੀਲ ਬੈਂਗਲ ਦੇ ਚੈਨਲ ਤੇ ਪੂਰੀ ਗਾਣੇ ਦੀ ਹਾਈਪ ਹੀ ਵੀਡੀਓ ਕਰਕੇ ਗਈ ਸੋ ਵੀਡੀਓ ਨੂੰ ਮੈਂ ਵੀ ਸਿੱਧੂ ਬਾਈ ਦੇ ਆਫੀਸ਼ੀਅਲ ਚੈਨਲ ਤੇ ਵੀ ਰਿਲੀਜ਼ ਕੀਤਾ ਜਾ ਸਕਦਾ ਹੈ ਕੁਝ ਵੀ ਹੋ ਸਕਦਾ ਯਾਰ ਮੋਸਟ ਆਫ ਦਾ ਟਾਈਮ ਤੇ ਸਿੱਧੂ ਮੂਸੇਵਾਲੇ ਬਾਈ ਯੂਕੇ ਗਏ ਸੀ ਆਈ ਡੋ ਗਿਵ ਅ ਤੇ ਸੈਲਫਟੀ ਕਿਦਰ ਤੋਂ ਹੋਰ ਵੀ ਮਲਟੀਪਲ ਵੀਡੀਓ ਸ਼ੂਟ ਕਰਨ ਉਸ ਟਾਈਮ ਇਹ ਟਰੈਕ ਨੂੰ ਰਿਕਾਰਡ ਕੀਤਾ ਗਿਆ ਸੀ ਯੂਕੇ ਚ ਉਹੀ ਸਾਲ ਸਿੱਧੂ ਮੂਸੇਵਾਲੇ ਬਾਈ ਯੂਕੇ ਬਾਰੇ ਸਪੈਸ਼ਲ ਬ੍ਰੈਡਾ ਨੂੰ ਮਿਲੇ ਸੀ ਜੀ 2021 ਚ ਜਦੋਂ ਇਹ ਗਾਣੇ ਦੇ ਬਿਹਾਈਂਡ ਦਾ ਸੀਨ ਸ਼ੇਅਰ ਕੀਤੇ ਗਏ ਸਨ ਉਦੋਂ ਲੱਗਦਾ ਸੀ ਗਾਣਾ ਮੋਸਟ ਆਫ ਚ ਮੈਂ ਵੀ ਆਵੇ ਜਾਂ ਉਸ ਤੋਂ ਬਾਅਦ ਆ ਜਾਏ ਬਟ ਉਦੋਂ ਬਾਅਦ ਸਿੱਧੂ ਬਾਈ ਵੋਟਰ ਕਰਕੇ ਥੋੜਾ ਬਿਜ਼ੀ ਹੋ ਗਏ ਤੇ ਗਾਣਾ ਡਿਲੇ ਹੋ ਗਿਆ ਕੋਈ ਬਾਤ ਨਹੀਂ ਸਟੀਲ ਬੈਂਗਲਸ ਬਾਈ ਨੇ ਇੱਕ ਜਗ੍ਹਾ ਤੇ ਲਿਖਿਆ ਸੀ ਕਿ ਇਹ ਗਾਣਾ ਮੇਰੇ ਬਹੁਤ ਹੀ ਕਰੀਬ ਹੈਗਾ ਇਹਨੂੰ ਮੈਂ ਸੰਭਾਲ ਕੇ ਰੱਖਿਆ ਹੋਇਆ ਹੈ ਤੇ ਸਿੱਧੂ ਬਾਈ ਦੀ ਲੈਗਸੀ ਨੂੰ ਕੀਪ ਔਨ ਰੱਖਣ ਵਾਸਤੇ ਇਹਨੂੰ ਆਪਾਂ ਰਿਲੀਜ਼ ਕਰਾਂਗੇ ਆਹਾ ਸਿੱਧੂ ਮੂਸੇਵਾਲੇ ਬਾਈ ਦਾ ਅਟੈਚ ਗਾਣਾ 30 ਅਗਸਤ ਨੂੰ ਰਿਲੀਜ਼ ਹੋਣਾ ਹੈ ਆਫੀਸ਼ੀਅਲ ਵੀਡੀਓ ਦੇ ਨਾਲ ਬਟ ਔਨ ਦੀ ਅਦਰ ਹੈਂਡ ਏਪੀ ਟੂਜ਼ੋਂ ਦੀ ਪੂਰੀ ਬ੍ਰਾਊਨ ਪ੍ਰਿੰਟਸ ਏਪੀ ਵੀ ਉਸੇ ਦਿਨ ਰਿਲੀਜ਼ ਹੋਣੀ ਇਹ ਫਸ ਗਿਆ ਸੀ ਇਹ ਸੋ ਇਨ ਮਾਈ ਸੁਜੈਸ਼ਨ ਮੈਂ ਤਾਂ ਇਹੀ ਕਹਾਂਗਾ ਕਿ ਏਪੀ ਟੂਜ਼ੋਂ ਬਾਈ ਨੂੰ ਏਪੀ ਨੂੰ ਡਿਲੇ ਕਰ ਦੇਣਾ ਚਾਹੀਦਾ ਹੈ ਮਗਰ ਕਿਉਂ ਕਿਉਂਕਿ ਸਿੱਧੂ ਮੂਸੇਵਾਲੇ ਬਾਈ ਦੀ ਰਿਪੀ ਟਰੈਕ ਤੇ ਟਾਈਮ ਤੇ ਚੋਪਰ ਐਲਬਮ ਰਿਲੀਜ਼ ਹੋਈ ਸੀ ਅਰਜਨ ਟੂਜ਼ੋਂ ਦੀ ਉਹਦੀ ਇਨੀਸ਼ੀਅਲ ਗ੍ਰੋਥ ਤੇ ਥੋੜਾ ਜਿਹਾ ਇਫੈਕਟ ਪਿਆ ਸੀ ਕਿਉਂਕਿ ਸਾਰੀ ਆਡੀਅੰਸ ਸਿੱਧੂ ਬਾਈ ਦੇ ਗਾਣੇ ਵੱਲ ਤੁਰ ਗਈ ਸੀ ਸਿੱਧੂ ਮੂਸੇਵਾਲੇ ਬਾਈ ਦੇ 410 ਸੌਂਗ ਦੇ ਟਾਈਮ ਤੇ ਜਸਮਾਨਕ ਦੀ ਗਰਾਜ ਟਰੈਕ ਰਿਲੀਜ਼ ਕੀਤੀ ਗਈ ਸੀ ਉਹਦੇ ਨਾਲ ਵੀ ਸੇਮ ਇਹੀ ਸੀਨ ਚੱਲਿਆ ਮੇਰੀ ਜਾਨ ਸੇਲਸ ਕੁਝ ਐਸੇ ਹੈ ਕਿ ਇਸੇ ਗੱਲ ਦੇ ਪੈਸੇ ਹੈ ਕਿ ਸਿੱਧੂ ਬਾਈ ਦੇ ਜਦੋਂ ਗਾਣਾ ਆਣਾ ਹੁੰਦਾ ਸਾਰੀ ਆਡੀਅੰਸ ਦਾ ਧਿਆਨ ਉਧਰ ਹੋ ਜਾਂਦਾ ਬਟ ਇਸ ਵਾਰੀ ਤੇ ਉਹ ਗਾਣੇ ਸਿੱਧੂ ਮੂਸੇਵਾਲੇ ਬਾਈ ਦੀ ਆਫੀਸ਼ੀਅਲ ਵੀਡੀਓ ਹੋਏਗੀ ਸੋ ਏਪੀ ਟੂਜ਼ੋਂ ਬਾਈ ਦੀ ਬ੍ਰਾਊਨ ਪ੍ਰਿੰਟ ਸੀਪੀ ਵਾਸਤੇ ਨੋ ਹੇਟ ਬਟ ਇੱਥੇ ਰੋਂਗ ਰਿਲੀਜ਼ ਡੇਟ ਇਹਨੂੰ ਥੋੜਾ ਜਿਹਾ ਡਿਲੇ ਕਰਨਾ ਚਾਹੀਦਾ ਮੇਰੇ ਜਾਨ ਬਟ ਕੋਈ ਚੱਕਰ ਨਹੀਂ ਆਦੇ ਆਦੇ ਨਸੀਬ ਉਹਨਾਂ ਦਾ ਵੀ ਕੰਮ ਵਧੀਆ ਹੈ ਈਪੀ ਬਾਣੀ ਉਹ ਕੈਂਟ ਹੋਏਗੀ ਤੁਸੀਂ ਉਹਨੂੰ ਵੀ ਸੁਣਨਾ ਜਾ ਕੇ ਸਾਰਿਆਂ ਨੇ ਓਕੇ 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 ਸਿੱਧੂ ਬਾਈ ਦਾ ਟੈਸ ਸੌਂਗ ਦੀ ਕੁਝ ਹੋਰ ਗੱਲਾਂ ਆਉਣਗੀਆਂ ਪਰ ਉਸ ਤੋਂ ਪਹਿਲੇ ਕਰਨ ਵਾਲਾ ਦੇ ਦੋ ਲੀਕ ਸੌਂਗ ਦੀ ਗੱਲ ਕਰਨੀ ਹੈ ਕਰੋ ਇੱਕ ਟਰੈਕ ਸ਼ੁਭ ਦੇ ਨਾਲ ਫੀਚਰ ਵਾਲੀ ਲੀਕ ਹੋਈ ਤੇ ਇੱਕ ਕਰਨ ਵਾਲਾ ਦੀ ਇੰਡੀਪੈਂਡੈਂਟ ਟਰੈਕ ਹੈ ਖਾਓ ਮਾਂ ਕਸਮ ਨਹੀਂ ਯਾਰ ਇਹਦੇ ਚ ਕਸਮ ਖਾਣ ਵਾਲੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਐਕਸਪਲੇਨ ਕਰ ਦੇਣਾ ਕਿ ਇਹ ਦੋਨੋਂ ਟਰੈਕਸ ਆਟੋ ਜਨਰੇਟਿਡ ਨੇ ਮਿੱਤਰਾਂ ਨੂੰ ਸ਼ੌਕ ਹੈ ਨਹੀਂ ਰੇ ਸਾਹ ਲਾਉਣ ਦਾ ਨਹੀਂ ਮੇਰਾ ਵੀ ਤਾਂ ਮੇਰੇ ਬਿਨਾ ਕਿੱਥੇ ਸਰਦਾ ਚੀਟਿੰਗ ਕਰਤਾ ਹੈ ਤੂੰ ਮੈਂ ਇੱਥੇ ਕੋਈ ਚੀਟਿੰਗ ਨਹੀਂ ਕਰ ਰਿਹਾ ਗੁਰੂ ਲੋ ਇੱਥੇ YouTube ਦਾ ਆਟੋ ਜਨਰੇਟਡ ਸਿਸਟਮ ਕਰ ਰਿਹਾ ਹੈ ਯੂ ਆਰ ਚਲਾਕ ਬ੍ਰੋ ਤੂੰ ਸਾਰਾ ਕ੍ਰੈਡਿਟ ਉਹਨਾਂ ਨੂੰ ਦਿਓ ਆਪਾਂ ਤਾਂ ਸਿਰਫ ਅਪਡੇਟ ਦੇਤੇ ਆ ਤੁਹਾਨੂੰ ਰਵੀ ਸਾਲ ਹੁਣ ਐਂਡ ਤੇ ਆਪਾਂ ਗੱਲ ਕਰਨ ਦੇ ਸਿੱਧੂ ਮੂਸੇਵਾਲੇ ਬਾਈ ਦੇ ਫਾਦਰ ਜੀ ਨੇ ਅਟੈਚ ਸੌਂਗ ਦੇ ਬਾਰੇ ਕੀ ਸਟੇਟਮੈਂਟ ਦਿੱਤੀ ਕੀ ਕੁਝ ਕਿਹਾ ਕੀ ਖੁਲਾਸਾ ਕੀਤਾ ਹੈ ਕਿਆ ਹੋਈ ਤੇ ਸਿੱਧੂ ਬਾਈ ਦੇ ਫਾਦਰ ਜੀ ਸਰਦਾਰ ਬਲਕੌਰ ਸਿੱਧੂ ਸਾਹਿਬ ਨੇ ਕਿਹਾ ਕਿ ਅਟੈਚ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਏਗਾ ਬਹੁਤ ਹੀ ਕੈਂਟ ਗਾਣਾ ਹੈ ਗਾਣਾ ਬਹੁਤ ਵਧੀਆ ਤੁਹਾਡੇ ਸਾਰਿਆਂ ਨੇ ਪਸੰਦ ਆਊਗਾ ਬਿਲਬੋਰਡ ਤੋਂ ਵੀ ਕਪੜਾ ਵਾਜ ਰਿਹਾ ਬਿਲਬੋਰਡ ਦੇ ਵੀ ਸਾਰੇ ਰਿਕਾਰਡ ਐਤਕੀ ਟੁੱਟ ਜਾਣੇ ਨੇ ਬਿਲਬੋਰਡ ਤੇ ਵੀ ਕਪੜਾ ਵੱਜੀ ਜਾਂਦਾ ਤੁਸੀਂ ਦੇਖੀ ਜਾਓਗੇ ਤਾਂ ਇਹ ਤਾਂ ਕੁਦਰਤੀ ਗੱਲ ਹੈ ਗਾਣਾ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੇਗਾ ਗਾਣਾ ਬਹੁਤ ਵਧੀਆ ਤੁਹਾਡੇ ਸਾਰਿਆਂ ਨੇ ਪਸੰਦ ਆਊਗਾ ਅਮੀਰ ਤੋਂ ਵੀ ਅੱਗੇ ਜਾਊਗਾ ਗਾਣਾ ਕੱਸੀ ਉਹਨਾਂ ਨੂੰ ਪਰੌਣਾ ਤੁਹਾਡਾ ਫੇਰ ਆ ਗਿਆ